ਪੰਜਾਬ ਦੇ ਮੋਹਾਲੀ ਜ਼ਿਲ੍ਹੇ ਦੇ ਖਰੜ ਦੇ ਨਾਲ ਲੱਗਦੇ ਬਲੌਂਗੀ ਏਰੀਆ ਦੇ ਵਿੱਚ ਇੱਕ ਵਾਰ ਫਿਰ ਤੇਜ਼ ਰਫ਼ਤਾਰੀ ਦਾ ਕਹਿਰ ਵੇਖਣ ਨੂੰ ਮਿਲਿਆ। ਦੋ ਨੌਜਵਾਨ ਜਿਨ੍ਹਾਂ ਦੀ ਮੌਤ ਹੋ ਗਈ, ਹਾਲਾਂਕਿ ਇਹ ਪੂਰਾ ਮਾਮਲਾ ਹੁਣ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਕਿ ਆਖਿਰ ਕਿਸ ਤਰ੍ਹਾਂ ਇਹ ਐਕਸੀਡੈਂਟ ਹੋਇਆ ਔਰ ਕਿਸ ਤਰ੍ਹਾਂ ਦੋਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਸਾਡੇ ਨਾਲ SHO ਬਲੌਂਗੀ ਨੇ। ਸੁਮਿਤ ਜੀ, ਇਹ ਪੂਰਾ ਮਾਮਲਾ, ਹਾਲਾਂਕਿ ਅਨਫੋਰਚੁਨੇਟ ਦੋਨਾਂ ਦੀ ਮੌਤ ਹੋ ਚੁੱਕੀ ਹੈ, ਇਹ ਪੂਰਾ ਮਾਮਲਾ ਤੁਹਾਡੇ ਸੰਗਿਆਨ 'ਚ ਕੀ ਆਇਆ ਸੀਗਾ ਅਤੇ ਹੋਇਆ ਕੀ ਸੀ? ਸਾਨੂੰ ਪਤਾ ਲੱਗਿਆ ਜੀ, ਲੇਟ ਨਾਈਟ ਦੋ ਮੋਟਰਸਾਈਕਲ ਸਵਾਰ ਉੱਥੇ ਇੰਜਰਡ ਪਏ ਹੈ ਅਤੇ ਮੌਕੇ 'ਤੇ ਜਾ ਕੇ ਸਾਡੀ ਜਿਹੜੀ PCR ਪਾਰਟੀ ਅਤੇ ਸਾਡੇ ਜਿਹੜੇ ਡਿਊਟੀ ਅਫਸਰ ਉੱਥੇ ਮੌਕੇ 'ਤੇ ਪੁੱਜ ਕੇ ਜਿਹੜੇ ਇੰਜਰਡ ਸੀਗੇ ਉਹਨਾਂ ਨੂੰ ਉੱਥੇ ਆਪਣੇ ਹੋਸਪਿਟਲ ਭੇਜਿਆ ਗਿਆ, ਜਿੱਥੋਂ ਉਹਨਾਂ ਨੂੰ ਬਰੋਡ ਡੈਥ ਡਿਕਲੇਅਰ ਕੀਤਾ ਗਿਆ ਜੀ। ਠੀਕ ਹੈ, ਅਤੇ ਹੁਣ ਤੱਕ ਦੀ ਇਨਵੈਸਟੀਗੇਸ਼ਨ 'ਚ ਕੀ ਆਇਆ, ਰੀਜ਼ਨ ਕੀ ਰਿਹਾ, ਤੇਜ਼ ਰਫ਼ਤਾਰੀ ਜਾਂ ਕਿਸ ਤਰ੍ਹਾਂ ਦਾ ਰਿਹਾ? ਇਸ ਬਾਰੇ ਕੁਛ ਪਰਟੀਕੁਲਰਲੀ ਦੱਸਿਆ ਨਹੀਂ ਜਾ ਸਕਦਾ ਜੀ, ਇਹ ਤੇਜ਼ ਰਫ਼ਤਾਰੀ ਸੀਗੀ ਜਾਂ ਕਿਸੇ ਅਨਨੋਨ ਵਹੀਕਲ ਵੱਲੋਂ ਇਹਨਾਂ ਨੂੰ ਹਿੱਟ ਕੀਤਾ ਗਿਆ ਹੈ। ਫਿਲਹਾਲ ਅਸੀਂ ਇੱਕ ਅਨਨੋਨ ਵਹੀਕਲ ਦੇ ਖਿਲਾਫ਼ ਪਰਚਾ ਦਰਜ ਕਰਕੇ ਆਪਣੀ ਇਨਵੈਸਟੀਗੇਸ਼ਨ ਜਿਹੜੀ ਹੈ ਸ਼ੁਰੂ ਕਰ ਦਿੱਤੀ ਗਈ ਹੈ ਜੀ। ਕਿੱਥੇ ਦੇ ਰਹਿਣ ਵਾਲੇ ਸੀਗੇ ਅਤੇ ਏਜ ਇਹਨਾਂ ਦੀ ਕੀ ਸੀ? ਇੱਕ ਲੜਕੇ ਦਾ ਨਾਮ, ਮਰਨ ਵਾਲੇ ਦਾ ਨਾਮ ਹੈਗਾ ਜੀ ਮਨੀਸ਼ ਯਾਦਵ, ਇਸਦੀ ਏਜ 25 ਸਾਲ ਸੀਗੀ, ਇਹ ਟਿਊਬਵੈੱਲ ਓਪਰੇਟਰ ਸੀਗਾ ਜੀ। ਅਤੇ ਇਹ ਜਿਹੜਾ ਦੂਸਰਾ ਬੰਦਾ ਹੈਗਾ, ਇਸਦਾ ਨਾਮ ਸਚਿਨ ਪੁੱਤਰ ਨਰਿੰਦਰ ਕੁਮਾਰ, ਇਹ ਜਿਹੜਾ ਹੈਗਾ ਇਹ ਆਪਣੇ ਸ਼ਾਹੀ ਮਾਜਰੇ ਵਿੱਚ ਰਹਿੰਦੇ ਸੀਗੇ ਜੀ, ਪ੍ਰਵਾਸੀ ਹੈ ਵੈਸੇ ਤੋਂ, ਸ਼ਾਹੀ ਮਾਜਰੇ ਵਿੱਚ ਰਹਿੰਦੇ ਸੀਗੇ। ਸਰ, ਇਹ ਅਰਲੀ ਮਾਰਨਿੰਗ ਹੋਇਆ, ਇਹ ਜਿਹੜੀ ਸਾਨੂੰ ਜਿਹੜੀ ਇਨਫੋਰਮੇਸ਼ਨ ਐਕਸੀਡੈਂਟ ਦੀ ਮਿਲੀ ਹੈ ਉਹ ਕਰੀਬ ਸਵੇਰੇ 4 ਵਜੇ ਦੇ ਆਸ ਪਾਸ ਮਿਲੀ ਹੈ ਜੀ, ਸਾਡੀ ਪਾਰਟੀ ਉੱਥੇ ਗਈ ਹੈ ਜੀ। ਜੀ ਜੀ, ਅਤੇ ਕਿਹੜੇ ਕਿਹੜੇ ਸੈਕਸ਼ਨ ਜਿਹੜੇ ਹੈਗੇ ਸਰ ਇਹਦੇ ਵਿੱਚ ਲਾਏ ਗਏ? ਇਸ ਵਿੱਚ ਜੀ 279 30A ਔਰ 427 IPC ਦੇ ਤਹਿਤ ਆਪਾਂ ਇਹ ਪਰਚਾ ਦਰਜ ਕੀਤਾ ਹੈ। ਸਰ, ਇਨਵੈਸਟੀਗੇਸ਼ਨ 'ਚ ਕੁਛ ਨੂੰ ਪਤਾ ਲੱਗ ਪਾਇਆ ਕਿ ਰੀਜ਼ਨ ਕੀ ਰਿਹਾ, ਗੱਡੀ ਕਿਹੜੀ ਹੋਈ ਹਿੱਟ ਹੋਈ ਹੈ ਜਾਂ ਕਿਸ ਤਰ੍ਹਾਂ ਦਾ ਕੋਈ ਹਜੇ ਤੱਕ ਕੋਈ ਰੀਜ਼ਨ ਪਤਾ ਲੱਗ ਪਾਇਆ? ਇਹ ਜ਼ਰੂਰ ਅਸੀਂ ਮੌਕੇ 'ਤੇ ਜਾ ਕੇ ਦੇਖਿਆ ਜੀ, ਇਹ ਕਿਸੇ ਇੱਕ ਆਪਣੇ ਪੋਲ ਵਿੱਚ ਟਕਰਾਏ ਨੇ ਜੀ, ਪੋਲ ਤੋਂ ਬਾਅਦ ਕਿਸੇ ਦਰਖਤ ਵਿੱਚ ਲੱਗੇ ਹੈ, ਫਿਰ ਉੱਥੇ ਸੜਕ 'ਤੇ ਡਿੱਗੇ ਹੈ ਜੀ, ਆਪਣਾ ਮੋਟਰਸਾਈਕਲ ਡਿੱਗਿਆ ਪਿਆ ਸੀਗਾ ਜੀ। ਠੀਕ ਹੈ, ਤਾਂ ਉਹ ਇਹ ਦੋ ਹੀ ਸੀਗੇ, ਹੋਰ ਵੀ ਕੋਈ ਇਹਨਾਂ ਦੇ ਨਾਲ? ਨਹੀਂ, ਦੋ ਹੀ ਸੀਗੇ ਜੀ, ਦੋ ਹੀ ਸੀਗੇ ਜੀ। ਠੀਕ ਹੈ, ਅਤੇ ਪੁਲਿਸ ਲਗਾਤਾਰ ਇਨਵੈਸਟੀਗੇਸ਼ਨ ਕਰ ਰਹੀ ਹੈ, ਹਾਲਾਂਕਿ ਮਾਮਲਾ ਤਾਂ ਦਰਜ ਕਰ ਲਿਆ ਲੇਕਿਨ ਅਨਨੋਨ ਵਹੀਕਲ ਦੇ ਖਿਲਾਫ਼ ਮਾਮਲਾ ਦਰਜ ਕੀਆ, ਕਿਉਂਕਿ ਉਹ ਪੂਰਾ ਖੁੱਲ੍ਹਾ ਏਰੀਆ ਹੈ, ਜਿੱਦਾਂ ਸਰ ਨੇ ਵੀ ਦੱਸਿਆ ਕਿ ਦਾਊਂ ਤੋਂ ਰਾਮਪੁਰ ਦਾ ਜਿਹੜਾ ਇੰਟਰਨਲ ਰੋਡ ਹੈ ਉੱਥੇ ਇਹ ਐਕਸੀਡੈਂਟ ਹੋਇਆ। ਹਾਲਾਂਕਿ ਇਹ ਪਹਿਲਾ ਮਾਮਲਾ ਨਹੀਂ ਹੈ, ਇਸ ਤੋਂ ਪਹਿਲਾਂ ਵੀ ਤੇਜ਼ ਰਫ਼ਤਾਰੀ ਦਾ ਕਹਿਰ ਜ਼ਰੂਰ ਵੇਖਣ ਨੂੰ ਮਿਲ ਰਿਹਾ ਔਰ ਲੇਟ ਨਾਈਟ ਇਸ ਤਰ੍ਹਾਂ ਦੇ ਐਕਸੀਡੈਂਟ ਹੋਣਾ, ਹਾਲਾਂਕਿ ਹਰ ਥਾਂ 'ਤੇ ਪੁਲਿਸ ਤਾਂ ਨਹੀਂ ਹੋ ਸਕਦੀ ਮੌਜੂਦ, ਇਹ ਤਾਂ ਲੋਕਾਂ ਨੂੰ ਵੀ ਅਵੇਅਰ ਹੋਣ ਦੀ ਲੋੜ ਹੈ ਕਿ ਕਿਸ ਤਰ੍ਹਾਂ ਤੁਸੀਂ ਗੱਡੀ ਚਲਾ ਰਹੇ ਹੋ, ਕਿਸ ਤਰ੍ਹਾਂ ਜੇਕਰ ਖਾਲੀ ਸੜਕ ਹੈ ਤਾਂ ਤੁਸੀਂ ਗੱਡੀ ਨੂੰ ਪਜਾ ਰਹੇ ਹੋ। ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਆਪਣਾ ਵੀ ਨੁਕਸਾਨ ਕਰ ਰਹੇ ਹੋ ਅਤੇ ਦੂਜਿਆਂ ਨੂੰ ਵੀ ਤੁਸੀਂ ਨੁਕਸਾਨ ਪਹੁੰਚਾ ਰਹੇ ਹੋ, ਇਸ ਕਰਕੇ ਬਹੁਤ ਜ਼ਰੂਰੀ ਹੈ ਔਰ ਵਾਰ ਵਾਰ ਪੁਲਿਸ ਵੱਲੋਂ ਵੀ ਅਪੀਲ ਕੀਤੀ ਜਾਂਦੀ ਹੈ, ਅਵੇਅਰ ਕੀਤਾ ਜਾਂਦਾ ਹੈ ਕਿ ਡਰਾਈਵ ਹਮੇਸ਼ਾ ਤੁਸੀਂ ਸਲੋ ਕਰੋ, ਧਿਆਨ ਨਾਲ ਕਰੋ ਔਰ ਪੂਰੇ ਕੰਸੈਂਟਰੇਸ਼ਨ ਨਾਲ ਕਰੋ। ਮੋਹਾਲੀ ਤੋਂ ਕੈਮਰਾਮੈਨ ਸਨਪ੍ਰੀਤ ਸਿੰਘ ਨਾਲ ਮਨੋਜ ਰਾਠੀ, ਨਿਊਜ਼ 18 ਪੰਜਾਬ। ਪੰਜਾਬ ਦੇ ਮੋਹਾਲੀ ਜ਼ਿਲ੍ਹੇ ਦੇ ਖਰੜ ਦੇ ਨਾਲ ਲੱਗਦੇ ਬਲੌਂਗੀ ਏਰੀਆ ਦੇ ਵਿੱਚ ਇੱਕ ਵਾਰ ਫਿਰ ਤੇਜ਼ ਰਫ਼ਤਾਰੀ ਦਾ ਕਹਿਰ ਵੇਖਣ ਨੂੰ ਮਿਲਿਆ। ਦੋ ਨੌਜਵਾਨ ਜਿਨ੍ਹਾਂ ਦੀ ਮੌਤ ਹੋ ਗਈ, ਹਾਲਾਂਕਿ ਇਹ ਪੂਰਾ ਮਾਮਲਾ ਹੁਣ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਕਿ ਆਖਿਰ ਕਿਸ ਤਰ੍ਹਾਂ ਇਹ ਐਕਸੀਡੈਂਟ ਹੋਇਆ ਔਰ ਕਿਸ ਤਰ੍ਹਾਂ ਦੋਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਸਾਡੇ ਨਾਲ SHO ਬਲੌਂਗੀ ਨੇ। ਸੁਮਿਤ ਜੀ, ਇਹ ਪੂਰਾ ਮਾਮਲਾ, ਹਾਲਾਂਕਿ ਅਨਫੋਰਚੁਨੇਟ ਦੋਨਾਂ ਦੀ ਮੌਤ ਹੋ ਚੁੱਕੀ ਹੈ, ਇਹ ਪੂਰਾ ਮਾਮਲਾ ਤੁਹਾਡੇ ਸੰਗਿਆਨ 'ਚ ਕੀ ਆਇਆ ਸੀਗਾ ਅਤੇ ਹੋਇਆ ਕੀ ਸੀ? ਸਾਨੂੰ ਪਤਾ ਲੱਗਿਆ ਜੀ, ਲੇਟ ਨਾਈਟ ਦੋ ਮੋਟਰਸਾਈਕਲ ਸਵਾਰ ਉੱਥੇ ਇੰਜਰਡ ਪਏ ਹੈ ਅਤੇ ਮੌਕੇ 'ਤੇ ਜਾ ਕੇ ਸਾਡੀ ਜਿਹੜੀ PCR ਪਾਰਟੀ ਅਤੇ ਸਾਡੇ ਜਿਹੜੇ ਡਿਊਟੀ ਅਫਸਰ ਉੱਥੇ ਮੌਕੇ 'ਤੇ ਪੁੱਜ ਕੇ ਜਿਹੜੇ ਇੰਜਰਡ ਸੀਗੇ ਉਹਨਾਂ ਨੂੰ ਉੱਥੇ ਆਪਣੇ ਹੋਸਪਿਟਲ ਭੇਜਿਆ ਗਿਆ, ਜਿੱਥੋਂ ਉਹਨਾਂ ਨੂੰ ਬਰੋਡ ਡੈਥ ਡਿਕਲੇਅਰ ਕੀਤਾ ਗਿਆ ਜੀ। ਠੀਕ ਹੈ, ਅਤੇ ਹੁਣ ਤੱਕ ਦੀ ਇਨਵੈਸਟੀਗੇਸ਼ਨ 'ਚ ਕੀ ਆਇਆ, ਰੀਜ਼ਨ ਕੀ ਰਿਹਾ, ਤੇਜ਼ ਰਫ਼ਤਾਰੀ ਜਾਂ ਕਿਸ ਤਰ੍ਹਾਂ ਦਾ ਰਿਹਾ? ਇਸ ਬਾਰੇ ਕੁਛ ਪਰਟੀਕੁਲਰਲੀ ਦੱਸਿਆ ਨਹੀਂ ਜਾ ਸਕਦਾ ਜੀ, ਇਹ ਤੇਜ਼ ਰਫ਼ਤਾਰੀ ਸੀਗੀ ਜਾਂ ਕਿਸੇ ਅਨਨੋਨ ਵਹੀਕਲ ਵੱਲੋਂ ਇਹਨਾਂ ਨੂੰ ਹਿੱਟ ਕੀਤਾ ਗਿਆ ਹੈ। ਫਿਲਹਾਲ ਅਸੀਂ ਇੱਕ ਅਨਨੋਨ ਵਹੀਕਲ ਦੇ ਖਿਲਾਫ਼ ਪਰਚਾ ਦਰਜ ਕਰਕੇ ਆਪਣੀ ਇਨਵੈਸਟੀਗੇਸ਼ਨ ਜਿਹੜੀ ਹੈ ਸ਼ੁਰੂ ਕਰ ਦਿੱਤੀ ਗਈ ਹੈ ਜੀ। ਕਿੱਥੇ ਦੇ ਰਹਿਣ ਵਾਲੇ ਸੀਗੇ ਅਤੇ ਏਜ ਇਹਨਾਂ ਦੀ ਕੀ ਸੀ? ਇੱਕ ਲੜਕੇ ਦਾ ਨਾਮ, ਮਰਨ ਵਾਲੇ ਦਾ ਨਾਮ ਹੈਗਾ ਜੀ ਮਨੀਸ਼ ਯਾਦਵ, ਇਸਦੀ ਏਜ 25 ਸਾਲ ਸੀਗੀ, ਇਹ ਟਿਊਬਵੈੱਲ ਓਪਰੇਟਰ ਸੀਗਾ ਜੀ।
ਅਤੇ ਇਹ ਜਿਹੜਾ ਦੂਸਰਾ ਬੰਦਾ ਹੈਗਾ ਇਸਦਾ ਨਾਮ ਸਚਿਨ ਪੁੱਤਰ ਨਰਿੰਦਰ ਕੁਮਾਰ, ਇਹ ਜਿਹੜਾ ਹੈਗਾ ਇਹ ਆਪਣੇ ਸ਼ਾਹੀ ਮਾਜਰੇ ਵਿੱਚ ਰਹਿੰਦੇ ਸੀਗੇ ਜੀ, ਪ੍ਰਵਾਸੀ ਹੈ ਵੈਸੇ ਤੋਂ, ਸ਼ਾਹੀ ਮਾਜਰੇ ਵਿੱਚ ਰਹਿੰਦੇ ਸੀਗੇ। ਸਰ ਇਹ ਅਰਲੀ ਮਾਰਨਿੰਗ ਹੋਇਆ, ਇਹ ਜਿਹੜੀ ਸਾਨੂੰ ਜਿਹੜੀ ਇਨਫੋਰਮੇਸ਼ਨ ਐਕਸੀਡੈਂਟ ਦੀ ਮਿਲੀ ਹੈ ਉਹ ਕਰੀਬ ਸਵੇਰੇ 4 ਵਜੇ ਦੇ ਆਸ ਪਾਸ ਮਿਲੀ ਹੈ ਜੀ, ਸਾਡੀ ਪਾਰਟੀ ਉੱਥੇ ਗਈ ਹੈ। ਜੀ ਜੀ ਜੀ, ਅਤੇ ਕਿਹੜੇ ਕਿਹੜੇ ਸੈਕਸ਼ਨ ਜਿਹੜੇ ਹੈਗੇ ਸਰ ਇਹਦੇ ਵਿੱਚ ਲਾਏ ਗਏ? ਇਸ ਵਿੱਚ ਜੀ 279, 304A ਔਰ 427 IPC ਦੇ ਤਹਿਤ ਆਪਾਂ ਇਹ ਪਰਚਾ ਦਰਜ ਕੀਤਾ ਹੈ। ਸਰ ਇਨਵੈਸਟੀਗੇਸ਼ਨ 'ਚ ਕੁਛ ਪਤਾ ਲੱਗ ਪਾਇਆ ਕਿ ਰੀਜ਼ਨ ਕੀ ਰਿਹਾ, ਗੱਡੀ ਕਿਹੜੀ ਹੋਈ ਹਿੱਟ ਹੋਈ ਹੈ, ਜਾਂ ਕਿਸ ਤਰ੍ਹਾਂ ਦਾ ਕੋਈ ਹਜੇ ਤੱਕ ਕੋਈ ਰੀਜ਼ਨ ਪਤਾ ਲੱਗ? ਇਹ ਜ਼ਰੂਰ ਅਸੀਂ ਮੌਕੇ 'ਤੇ ਜਾ ਕੇ ਦੇਖਿਆ ਜੀ, ਇਹ ਕਿਸੇ ਇੱਕ ਆਪਣੇ ਪੋਲ ਵਿੱਚ ਟਕਰਾਏ ਨੇ ਜੀ, ਪੋਲ ਤੋਂ ਬਾਅਦ ਕਿਸੇ ਦਰਖਤ ਵਿੱਚ ਲੱਗੇ ਹੈ, ਫਿਰ ਉੱਥੇ ਸੜਕ 'ਤੇ ਡਿੱਗੇ ਹੈ ਜੀ, ਆਪਣਾ ਮੋਟਰਸਾਈਕਲ ਡਿੱਗਿਆ ਪਿਆ ਸੀਗਾ ਜੀ। ਠੀਕ ਹੈ, ਤਾਂ ਹੋ ਇਹ ਦੋ ਹੀ ਸੀਗੇ, ਹੋਰ ਵੀ ਕੋਈ ਇਹਨਾਂ ਦੇ ਨਾਲ ਸੀ? ਨਹੀਂ, ਦੋ ਹੀ ਸੀਗੇ ਜੀ, ਦੋ ਹੀ ਸੀਗੇ ਜੀ। ਠੀਕ ਹੈ, ਅਤੇ ਪੁਲਿਸ ਲਗਾਤਾਰ ਇਨਵੈਸਟੀਗੇਸ਼ਨ ਕਰ ਰਹੀ ਹੈ, ਹਾਲਾਂਕਿ ਮਾਮਲਾ ਤਾਂ ਦਰਜ ਕਰ ਲਿਆ, ਲੇਕਿਨ ਅਨਨੋਨ ਵਹੀਕਲ ਦੇ ਖਿਲਾਫ਼ ਮਾਮਲਾ ਦਰਜ ਕੀਤਾ, ਕਿਉਂਕਿ ਉਹ ਪੂਰਾ ਖੁੱਲ੍ਹਾ ਏਰੀਆ ਹੈ। ਜਿੱਦਾਂ ਸਰ ਨੇ ਵੀ ਦੱਸਿਆ ਕਿ ਦਾਊਂ ਤੋਂ ਰਾਮਪੁਰ ਦਾ ਜਿਹੜਾ ਇੰਟਰਨਲ ਰੋਡ ਹੈ ਉੱਥੇ ਐਕਸੀਡੈਂਟ ਹੋਇਆ, ਹਾਲਾਂਕਿ ਇਹ ਪਹਿਲਾ ਮਾਮਲਾ ਨਹੀਂ ਹੈ, ਇਸ ਤੋਂ ਪਹਿਲਾਂ ਵੀ ਤੇਜ਼ ਰਫ਼ਤਾਰੀ ਦਾ ਕਹਿਰ ਜ਼ਰੂਰ ਵੇਖਣ ਨੂੰ ਮਿਲ ਰਿਹਾ ਔਰ ਲੇਟ ਨਾਈਟ ਇਸ ਤਰ੍ਹਾਂ ਦੇ ਐਕਸੀਡੈਂਟ ਹੋਣਾ, ਹਾਲਾਂਕਿ ਹਰ ਥਾਂ 'ਤੇ ਪੁਲਿਸ ਤਾਂ ਨਹੀਂ ਹੋ ਸਕਦੀ ਮੌਜੂਦ, ਇਹ ਤਾਂ ਲੋਕਾਂ ਨੂੰ ਵੀ ਅਵੇਅਰ ਹੋਣ ਦੀ ਲੋੜ ਹੈ ਕਿ ਕਿਸ ਤਰ੍ਹਾਂ ਤੁਸੀਂ ਗੱਡੀ ਚਲਾ ਰਹੇ ਹੋ, ਕਿਸ ਤਰ੍ਹਾਂ ਜੇਕਰ ਖਾਲੀ ਸੜਕ ਹੈ ਤਾਂ ਤੁਸੀਂ ਗੱਡੀ ਨੂੰ ਪਜਾ ਰਹੇ ਹੋ। ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਆਪਣਾ ਵੀ ਨੁਕਸਾਨ ਕਰ ਰਹੇ ਹੋ ਅਤੇ ਦੂਜਿਆਂ ਨੂੰ ਵੀ ਤੁਸੀਂ ਨੁਕਸਾਨ ਪਹੁੰਚਾ ਰਹੇ ਹੋ, ਇਸ ਕਰਕੇ ਬਹੁਤ ਜ਼ਰੂਰੀ ਹੈ ਔਰ ਵਾਰ ਵਾਰ ਪੁਲਿਸ ਵੱਲੋਂ ਵੀ ਅਪੀਲ ਕੀਤੀ ਜਾਂਦੀ ਹੈ, ਅਵੇਅਰ ਕੀਤਾ ਜਾਂਦਾ ਹੈ ਕਿ ਡਰਾਈਵ ਹਮੇਸ਼ਾ ਤੁਸੀਂ ਸਲੋਅ ਕਰੋ, ਧਿਆਨ ਨਾਲ ਕਰੋ ਔਰ ਪੂਰੇ ਕੰਸਨਟ੍ਰੇਸ਼ਨ ਨਾਲ ਕਰੋ। ਮੋਹਾਲੀ ਤੋਂ ਕੈਮਰਾਮੈਨ ਸਰਪ੍ਰੀਤ ਸਿੰਘ ਨਾਲ ਮਨੋਜ ਰਾਠੀ, ਨਿਊਜ਼ 18।